ਅੱਜ ਮੈਨੂੰ ਇੱਥੇ 3-4 ਸਾਲ ਹੋ ਚੱਲੇ ਆ ਜੀ। ਅੱਛਾ ਹਾਂਜੀ 3-4 ਸਾਲ ਹੋ ਚੱਲੇ ਆ, ਮੈਂ ਡੇਲੀ ਖਾਂਦਾ ਆ ਜੀ। ਤੁਸੀਂ ਇਹਨਾਂ ਦੇ ਪੱਕੇ ਗਾਹਕ ਜੇ? ਹਾਂਜੀ ਪੱਕੇ ਕਸਟਮਰ ਆ ਜੀ। 365 ਤੇ 65 ਦਿਨ? ਹਾਂਜੀ ਹਾਂਜੀ ਹਾਂਜੀ, ਉਹ ਕੋਈ ਆ ਕਿਤੇ ਨਾ ਗਾਲੂਗਾ ਪੈਸੇ, ਨਹੀਂ ਤਾਂ ਨਹੀਂ। ਅੱਛਾ ਹਾਂਜੀ, ਜਿੱਦਾਂ ਇਹਨਾਂ ਦੇ ਸਮੋਸੇ ਬੜੀ ਗੱਲ ਆ, ਬਹੁਤ 3-4 ਵਜੇ ਤੱਕ ਲੱਗ ਜਾਂਦੇ ਜਿਹੜੇ ਸਮੋਸੇ ਆ। ਬਾਕੀ ਇਹਨਾਂ ਦੇ ਸਮੋਸੇ ਚਟਨੀ ਆ ਜਿਹੜੀ ਸਭ ਤੋਂ ਬੈਸਟ ਆ, ਤੇ ਭਟੂਰੇ ਵੀ ਉਸ ਤਰ੍ਹਾਂ ਹੀ ਸਵਾਦ ਆ ਜੀ। ਤਰਨਤਾਰਨ ਦੇ ਵਿੱਚ ਸਭ ਤੋਂ ਮਤਲਬ ਮਸ਼ਹੂਰ ਆ ਸਮੋਸੇ ਵਾਲੇ ਤੇ ਭਟੂਰੇ ਵਾਲੇ, ਬਿੱਟੂ ਸਮੋਸੇ ਵਾਲੇ। ਹਾਂਜੀ ਧੰਨਵਾਦ ਭਾਜੀ। ਓਕੇ ਵੀਰ ਜੀ। ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਦੋਸਤੋ ਗੁਰੂ ਅਰਜਨ ਦੇਵ ਜੀ ਦੀ ਨਗਰੀ ਦੇ ਵਿੱਚ ਤੁਹਾਨੂੰ ਲੈ ਕੇ ਆਏ ਇੱਕ ਵਾਰ ਫਿਰ ਤੋਂ। ਅੱਜ ਤੁਹਾਨੂੰ ਲੈ ਕੇ ਆਏ ਬਿੱਟੂ ਭਾਜੀ ਕੋਲ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਬਿੱਟੂ ਭਾਈ ਦੇ ਸਮੋਸੇ ਸਾਰੇ ਤਰਨ ਤਾਰਨ ਸਾਹਿਬ ਦੇ ਵਿੱਚ ਬਹੁਤ ਮਸ਼ਹੂਰ ਆ, ਪਰ ਇਹਨਾਂ ਦੇ ਭਟੂਰੇ ਛੋਲੇ ਵੀ ਬਹੁਤ ਕੁਆਲਿਟੀ ਦਿੰਦੇ ਕਹਿੰਦੇ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੇ? ਬਹੁਤ ਵਧੀਆ ਮਹਾਰਾਜ ਜੀ। ਭਾਜੀ ਮੈਂ ਸੁਣਿਆ ਵੀ ਜਿੱਦਾਂ ਤੁਹਾਡੇ ਸਮੋਸੇ ਬੜੀ ਗੱਲ ਆ, ਕਹਿੰਦੇ ਭਟੂਰੇ ਛੋਲੇ ਬਹੁਤ ਜ਼ਬਰਦਸਤ ਬਣਾਉਂਦੇ। ਹਾਂਜੀ ਛੋਲੇ ਪਨੀਰ ਵਾਲੇ ਹੁੰਦੇ ਆ ਜੀ। ਓਕੇ ਹਾਂਜੀ ਹਾਂਜੀ, ਜਿਹੜਾ ਇੱਕ ਵਾਰੀ ਖਾਊਗਾ ਵਾਰ ਵਾਰ ਆਊਗਾ। ਓਕੇ ਠੀਕ ਆ। ਭਟੂਰੇ ਛੋਲੇ ਰਿਫਾਈਨ ਦੇ ਵਿੱਚ? ਹਾਂਜੀ ਹਾਂਜੀ ਰਿਫਾਈਨ। ਓਕੇ ਭਾਈ ਪਨੀਰ ਤਾਂ ਬਹੁਤ ਘੱਟ ਲੋਕ ਪਾਉਂਦੇ ਆ। ਨਹੀਂ ਜੀ ਅਸੀਂ ਛੋਲੇ ਪਨੀਰ ਵਾਲੇ ਹੁੰਦੇ ਆਪਣੇ ਕੋਲ। ਅੱਛਾ ਹਾਂਜੀ ਹਾਂਜੀ, ਤੇ ਰੇਟ 40 ਰੁਪਏ ਆ। ਹਾਂਜੀ ਹਾਂਜੀ, ਭਟੂਰੇ ਸਾਡੇ ਡਬਲ ਹੁੰਦੇ ਆ ਬਾਜ਼ਾਰ ਨੂੰ, ਇੱਕ ਬੰਦਾ ਰੱਜ ਜਾਊਗਾ। ਹਾਂ ਹਾਂ ਛੋਟੇ ਨਹੀਂ ਹੁੰਦੇ ਮਤਲਬ ਵੱਡੇ ਹੁੰਦੇ ਆ। ਹਾਂਜੀ, ਤੇ ਭਾਜੀ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਇੱਥੇ ਸਮੋਸੇ ਤੇ ਭਟੂਰਿਆਂ ਦਾ, ਕਿੰਨਾ ਸਾਲ ਪੁਰਾਣਾ ਆ? ਮੈਨੂੰ ਮਹਾਰਾਜ 40 ਕੁ ਸਾਲ ਹੀ ਹੋ ਚੱਲੇ ਆ। 40 ਸਾਲ ਹੋ ਚੱਲੇ ਆ? ਹਾਂਜੀ ਹਾਂਜੀ, ਮੈਂ ਬੜਾ ਪੁਰਾਣਾ ਮਤਲਬ ਲਾਈਨ ਲਾਉਂਦੇ ਆ। ਓਕੇ, ਪੁਲਿਸ ਲੈਣ ਸੀ ਉਦੋਂ ਦੀ ਆ, ਪੁਲਿਸ ਲੈਣ ਤੋਂ ਹੁਣ ਚੁੱਕੀ ਗਈ ਹੋਈ ਆ। ਹਾਂਜੀ ਅਸੀਂ ਉਦੋਂ ਦੇ ਲਾਉਂਦੇ, ਬਹੁਤ ਪੁਰਾਣੇ। ਤੇ ਨਹੀਂ ਸ਼ੁਰੂਆਤ ਸਮੋਸਿਆਂ ਤੋਂ ਕੀਤੀ? ਮੈਂ ਭਟੂਰਿਆਂ ਤੋਂ ਹੀ, ਸਮੋਸਿਆਂ ਤੋਂ ਨਹੀਂ। ਅੱਛਾ, ਸਮੋਸੇ ਭਟੂਰੇ ਦੋਨੋਂ ਲੱਗਦੇ ਰਹੇ। ਓਕੇ, ਪਰ ਤੁਹਾਡੇ ਸਮੋਸੇ ਜ਼ਿਆਦਾ ਮਸ਼ਹੂਰ ਆ। ਹਾਂਜੀ ਸਾਡੇ ਸਮੋਸੇ ਜ਼ਿਆਦਾ ਆ। ਹਾਂਜੀ ਸਮੋਸਿਆਂ ਦਾ ਗਾਹਕ ਬਹੁਤ ਆ। ਸਮੋਸੇ ਦੇ ਆਵਰੇ ਤੋਂ ਸ਼ੁਰੂ ਹੋ ਜਾਂਦੇ ਲੋਕੀ ਆਉਣੇ। ਸਮੋਸਿਆਂ ਦੇ ਗਾਹਕ ਤੁਹਾਡਾ ਇਸ ਕਰਕੇ ਪਿਆਰ ਦਿੰਦੇ ਵੀ ਉਹ ਚਟਨੀ ਕਹਿੰਦੇ ਬਹੁਤ ਜ਼ਬਰਦਸਤ ਬਣਾਉਂਦੇ। ਹਾਂਜੀ ਹਾਂਜੀ, ਚਟਨੀ ਡਰਾਈ ਫਰੂਟ ਵਾਲੀ ਹੁੰਦੀ ਹੈ ਜੀ। ਹਾਂਜੀ ਨਾਲ ਛੋਲੇ ਵਾਲੀ ਚਟਨੀ ਹੁੰਦੀ ਹੈ। ਓਕੇ ਭਾਈ ਲਾ ਕੇ ਵਿਖਾਓ ਸਾਨੂੰ ਭਟੂਰਿਆਂ ਦੀ ਪਲੇਟ। ਲਓ ਲਓ ਲਓ, ਦੋਸਤੋ ਇਹ ਲੱਗ ਰਹੀ ਸਾਡੀ ਭਟੂਰਿਆਂ ਦੀ ਪਲੇਟ ਭਾਈ। ਆ ਛੋਲੇ? ਹਾਂਜੀ ਹਾਂਜੀ ਛੋਲੇ ਜੀ। ਹਾਂਜੀ ਆ ਭਾਈ ਦੇ ਛੋਲੇ, ਆ ਗਏ ਛੋਲੇ ਪਨੀਰ ਵਾਲੇ। ਹਾਂਜੀ ਪਨੀਰ ਵਾਲੇ। ਹਾਂਜੀ ਆ ਛੋਲੇ ਵੀ ਕਾਫੀ ਸੰਘਣੇ ਲੱਗ ਰਹੇ। ਹਾਂਜੀ ਛੋਲੇ ਪਨੀਰ ਵਾਲੇ। ਹਾਂਜੀ ਆ ਜੀ, ਆ ਗਈ ਚਟਨੀ, ਆ ਗਈ ਚਟਨੀ ਵਾਲੀ, ਪੂਤਨੇ ਵਾਲੀ। ਭਾਜੀ ਇਹਦੇ ਵਿੱਚ ਕੀ ਕੀ ਹੁੰਦਾ ਆ? ਇਹ ਚ ਗੰਡਾ, ਪਿਆਜ, ਪੂਤਨਾ, ਆਲੂ ਵੀ ਹੈਗਾ ਜੀ, ਹਰੀ ਮਿਰਚ ਵੀ ਹੈਗੀ, ਮਸਾਲੇ ਵੀ ਸਭ ਕੁਝ ਪਾਇਆ ਹੋਇਆ ਜੀ। ਠੀਕ ਭਾਜੀ। ਆ ਲਓ ਜੀ ਚਾਰ ਜੀ ਗਾਜਰ ਦਾ। ਗਾਜਰਾਂ ਦਾ ਚਾਰ ਵੀ? ਹਾਂਜੀ ਇਹ ਸੀਜ਼ਨਲ, ਹਾਂਜੀ ਜਿੰਨਾ ਚਿਰ ਸਿਆਲ ਆ। ਹਾਂਜੀ ਹਾਂਜੀ ਠੀਕ ਆ। ਹਾਂਜੀ ਦੋਸਤੋ ਇਹ ਬਿੱਟੂ ਭਾਜੀ ਸਾਡੇ ਲਈ ਸਪੈਸ਼ਲ ਛੋਲਿਆਂ ਦੇ ਭਟੂਰਿਆਂ ਦੀ ਪਲੇਟ ਲਗਾ ਰਹੇ ਆ। ਭਟੂਰੇ ਦਾ ਸਾਈਜ਼ ਚੈੱਕ ਕਰ ਸਕਦੇ ਜੇ, ਸਾਈਜ਼ ਕਾਫੀ ਵੱਡਾ ਆ ਵੀ ਇੱਕ ਬੰਦੇ ਲਈ ਇਨਫ ਆ ਖਾਣ ਲਈ, ਵੀ ਇੱਕ ਬੰਦੇ ਲਈ ਇੱਕ ਪਲੇਟ ਇਨਫ ਆ। ਇੱਕ ਪਲੇਟ ਦੇ ਵਿੱਚ ਦੋ ਭਟੂਰੇ ਨਾਲ ਛੋਲੇ ਪਨੀਰ ਵਾਲੇ ਨਾਲ ਗਾਜਰਾਂ ਨਾਲ ਪਿਆਜ ਫੁੱਟਬਾਲ ਜਾ। ਬਿੱਟੂ ਭਾਜੀ ਇਹਦਾ ਤਾਂ ਫੁੱਟਬਾਲ ਜਿੰਨਾ ਸਾਈਜ਼ ਆ ਭਟੂਰੇ ਦਾ। ਹਾਂਜੀ ਹਲੋ, ਲੱਗ ਗਈ ਤੁਹਾਡੀ ਪਲੇਟ ਜੀ। ਆਹ ਲੱਗ ਗਈ ਸਾਡੀ ਪਲੇਟ। ਹਾਂਜੀ ਹੁਣ ਭਾਈ ਟੇਸਟ ਕਰਦੇ ਆ, ਫਿਰ ਦੱਸਦੇ ਸਾਨੂੰ ਟੇਸਟ ਕਿਵੇਂ ਦਾ ਲੱਗਾ। ਬਿਲਕੁਲ ਬਿਲਕੁਲ ਜੀ, ਚਲੋ ਜੀ। ਹਾਂਜੀ ਭਾਜੀ ਅਗਰ ਕਿਸੇ ਨੇ ਭਟੂਰੇ ਛੋਲਿਆਂ ਦੀ ਪਲੇਟ ਖਾਣੀ ਹੋਵੇ ਤਾਂ ਖਾਣ ਲਈ ਕਿੱਥੇ ਆਉਣਾ ਪਊਗਾ? ਆ ਮੰਡੀਰਾ ਸਕੂਲ ਜੀ। ਹਾਂਜੀ ਮੰਡੀਰਾ ਸਕੂਲ, ਤਰਨਤਾਰਨ ਮਰਾਦਪੁਰਾ ਰੋਡ। ਓਕੇ ਠੀਕ ਆ, ਧੰਨਵਾਦ ਭਾਜੀ। ਓਕੇ ਓਕੇ ਮਹਾਰਾਜ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਬਿੱਟੂ ਭਾਜੀ ਦੇ ਸਪੈਸ਼ਲ ਦੀ ਭਟੂਰੇ ਛੋਲੇ ਖਾ ਰਹੇ ਦੇ। ਹਾਂਜੀ ਹਾਂਜੀ ਕਿਵੇਂ ਦਾ ਲੱਗਦਾ ਟੇਸਟ? ਹਾਂਜੀ ਬਹੁਤ ਵਧੀਆ, ਦਿਲ ਤੋਂ ਮਤਲਬ ਕਿ ਡੇਲੀ ਮੇਰਾ ਰੂਟੀਨ ਹੈ ਇਹਨਾਂ ਦੀ ਬਣੀ ਆ। ਅੱਜ ਮੈਨੂੰ ਇੱਥੇ 3-4 ਸਾਲ ਹੋ ਚੱਲੇ ਆ ਜੀ। ਅੱਛਾ ਹਾਂਜੀ 3-4 ਸਾਲ ਹੋ ਚੱਲੇ ਆ, ਮੈਂ ਡੇਲੀ ਖਾਂਦਾ ਆ ਜੀ। ਤੁਸੀਂ ਇਹਨਾਂ ਦੇ ਪੱਕੇ ਗਾਹਕ ਜੇ? ਹਾਂਜੀ ਪੱਕੇ ਕਸਟਮਰ ਆ ਜੀ। 365 ਤੇ 65 ਦਿਨ? ਹਾਂਜੀ ਹਾਂਜੀ ਹਾਂਜੀ, ਉਹ ਕੋਈ ਆ ਕਿਤੇ ਨਾ ਗਾਲੂਗਾ ਪੈਸੇ, ਨਹੀਂ ਤਾਂ ਨਹੀਂ। ਅੱਛਾ ਹਾਂਜੀ, ਜਿੱਦਾਂ ਇਹਨਾਂ ਦੇ ਸਮੋਸੇ ਬੜੀ ਗੱਲ ਆ, ਬਹੁਤ 3-4 ਵਜੇ ਤੱਕ ਲੱਗ ਜਾਂਦੇ ਜਿਹੜੇ ਸਮੋਸੇ ਆ। ਬਾਕੀ ਇਹਨਾਂ ਦੇ ਸਮੋਸੇ ਚਟਨੀ ਆ ਜਿਹੜੀ ਸਭ ਤੋਂ ਬੈਸਟ ਆ, ਤੇ ਭਟੂਰੇ ਵੀ ਉਸ ਤਰ੍ਹਾਂ ਹੀ ਸਵਾਦ ਆ ਜੀ। ਤਰਨਤਾਰਨ ਦੇ ਵਿੱਚ ਸਭ ਤੋਂ ਮਤਲਬ ਮਸ਼ਹੂਰ ਆ ਸਮੋਸੇ ਵਾਲੇ ਤੇ ਭਟੂਰੇ ਵਾਲੇ, ਬਿੱਟੂ ਸਮੋਸੇ ਵਾਲੇ। ਹਾਂਜੀ ਧੰਨਵਾਦ ਭਾਜੀ। ਓਕੇ ਵੀਰ ਜੀ।